ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਐਤਵਾਰ ਨੂੰ ਬਠਿੰਡਾ ਪਹੁੰਚੇ। ਇਸ ਮੌਕੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਜੁਮਲੇ ਭਰਪੂਰ ਨਹੀਂ ਸਗੋਂ ਸੂਬੇ ਨੂੰ ਅੱਗੇ ਲਿਜਾਉਣ ਵਾਲਾ ਬਜਟ ਪੇਸ਼ ਕਰੇਗੀ ਅਤੇ ਜੋ ਬਜਟ ਆਵੇਗਾ ਉਹ ਪੰਜਾਬ ਲਈ ਲਾਭਦਾਰੀ ਹੋਵੇਗਾ। ਇਹ ਸ਼ਬਦ ਖਜ਼ਾਨਾ ਮੰਤਰੀ ਨੇ ਕੇਂਦਰ ਸਰਕਾਰ ਦੇ ਬਜਟ ਤੇ ਹਮਲਾ ਬੋਲਦੇ ਹੋਏ ਕਹੇ। ਉਹਨਾਂ ਕਿਹਾ ਕਿ ਪਿਛਲੇ 24 ਮਹੀਨਿਆਂ ਵਿੱਚ ਪੰਜਾਬ ਦੇ ਆਰਥਿਕ ਹਾਲਾਤ ਚੰਗੇ ਹੋਏ ਹਨ ਅਤੇ ਇਸ ਤਰਜੇ ਤੇ ਅੱਗੇ ਵੀ 3 ਸਾਲ ਪੰਜਾਬ ਦੇ ਆਰਥਿਕ ਹਾਲਾਤਾਂ ਨੂੰ ਚੰਗਾ ਬਣਾਉਣ ਲਈ ਉਹਨਾਂ ਦੀ ਸਰਕਾਰ ਕੰਮ ਕਰ ਰਹੀ ਹੈ। ਮਨਪ੍ਰੀਤ ਬਾਦਲ ਮੁਤਾਬਕ ਇਹ ਪੰਜਾਬ ਸਰਕਾਰ ਦੀ ਸਾਫ ਨੀਅਤ ਤੇ ਚੰਗਾ ਦਾਮਨ ਹੈ ਕਿ ਉਹ ਸੂਬੇ ਨੂੰ ਅੱਗੇ ਲਿਜਾ ਰਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦਾ 12 ਤੋਂ 21 ਫਰਵਰੀ ਤੱਕ ਬਜਟ ਇਜਲਾਸ ਹੋਵੇਗਾ ਤੇ 18 ਨੂੰ ਸੂਬੇ ਲਈ ਬਜਟ ਪੇਸ਼ ਕੀਤਾ ਜਾਵੇਗਾ। ਇਸਲੀ ਜਿਹੜੇ ਪੰਜਾਬ ਦੇ ਖੈਰ ਖੁਆ ਹੈ, ਜੇ ਕੋਈ ਪੰਜਾਬ ਦਾ ਭਲਾ ਚਾਹੁੰਦਾ ਹੈ ਤਾਂ ਉਹ ਜੁਮਲੇ ਨਹੀਂ ਹੋ ਸਕਦੇ। ਅਸਲੀ ਭਲਾ ਤਾਂ ਇਹ ਹੈ ਕਿ ਪੰਜਾਬ ਆਰਥਿਕ ਤੌਰ ਤੇ ਮਜ਼ਬੂਤ ਹੋ ਸਕੇ। ਔਰ ਇਹ ਜਿਹੜਾ ਬਜਟ ਤੁਹਾਡੇ ਸਾਹਮਣੇ ਆਏਗਾ, ਇਹਦੇ ਤੁਸੀਂ ਦੇਖੋਗੇ ਕਿ ਪਿਛਲੇ 24 ਮਹੀਨਿਆਂ 'ਚ ਪੰਜਾਬ ਜਿਹੜਾ ਆਰਥਿਕ ਤੌਰ 'ਤੇ ਮਜ਼ਬੂਤ ਹੋਇਆ, ਔਰ ਅਸੀਂ ਇਸੇ ਤਰਜ਼ 'ਤੇ ਅਗਲੇ 3 ਸਾਲ ਜਿਹੜਾ ਉਹ ਪੰਜਾਬ ਨੂੰ ਲੈ ਕੇ ਜਾਣਾ। ਮੈਂ ਇਹ ਵੀ ਪੰਜਾਬ ਦੇ ਲੋਕਾਂ ਨੂੰ ਕਹਿ ਕੇ ਜਾਊਂਗਾ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਇਸ ਕਰਕੇ ਨਹੀਂ ਬਿਹਤਰ ਕਿ ਅਸੀਂ ਬਹੁਤੇ ਸਿਆਣੇ ਹੈ। ਕਈ ਵਾਰੀ ਗੱਲ ਸਿਆਣੇ ਦੀ ਨਹੀਂ ਹੈ, ਕਾਂਗਰਸ ਪਾਰਟੀ ਦੀ ਨੀਅਤ ਸਾਫ਼ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਰਹਿੰਦੇ ਲੋਕਾਂ ਨੂੰ ਠੰਡ ਅਤੇ ਧੁੰਦ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਸੋਮਵਾਰ ਨੂੰ ਜਦੋਂ ਲੋਕ ਉੱਠੇ ਤਾਂ ਆਸਮਾਨ ਧੁੰਦ ਦੀ ਸਫੇਦ ਚਾਦਰ ਨਾਲ ਢੱਕਿਆ ਹੋਇਆ ਸੀ ਅਤੇ ਦ੍ਰਿਸ਼ਤਾ ਯਾਨੀ ਕਿ ਵਿਜ਼ਿਬਿਲਿਟੀ ਨਾ ਦੇ ਬਰਾਬਰ ਸੀ। ਸੰਘਣੀ ਧੁੰਦ ਦੇ ਨਾਲ ਨਾਲ ਪ੍ਰਦੂਸ਼ਣ ਦਾ ਪੱਥਰ ਵੀ ਡਿੱਗ ਗਿਆ। ਮਿਲੀ ਜਾਣਕਾਰੀ ਮੁਤਾਬਕ ਸੰਘਣੀ ਧੁੰਦ ਦੀ ਵਜ੍ਹਾ ਕਰਕੇ ਦਿੱਲੀ ਤੋਂ ਅਤੇ ਦਿੱਲੀ ਜਾਣ ਵਾਲੀਆਂ ਕੁਝ ਫਲਾਈਟਾਂ ਦੇਰੀ ਨਾਲ ਉਡਾਨ ਭਰ ਰਹੀਆਂ ਨੇ। ਦਿੱਲੀ ਹਵਾਈ ਅੱਡੇ ਤੇ ਸੂਤਰਾਂ ਨੇ ਦੱਸਿਆ ਕਿ ਉਡਾਨਾਂ ਰੱਦ ਹੋਣ ਜਾਂ ਉਹਨਾਂ ਦੇ ਮਾਰਗ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਮੈਂਬਰ ਭਗਵੰਤ ਮਾਨ ਬਰਨਾਲਾ ਵਿੱਚ ਇੱਕ ਨਿੱਜੀ ਸਮਾਗਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਕਿਹਾ ਕਿ ਬਹਿਬਾਲ ਕਲਾ ਗੋਲੀਕਾਂਡ ਦੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਤੇ ਰੋਕ ਲਗਾਉਣ ਤੋਂ ਅਦਾਲਤ ਨੇ ਇਨਕਾਰ ਕਰ ਦਿੱਤਾ ਹੈ, ਜਿਸ ਨਾਲ SIT ਖੁੱਲ੍ਹ ਕੇ ਆਪਣਾ ਕੰਮ ਕਰ ਸਕਦੀ ਹੈ ਕਿਉਂਕਿ ਲੋਕਾਂ ਨੂੰ SIT ਤੇ ਬਹੁਤ ਉਮੀਦਾਂ ਹਨ। ਮਾਨ ਨੇ ਕਿਹਾ ਕਿ ਸਿਰਫ ਪੁਲਿਸ ਅਧਿਕਾਰੀਆਂ ਨੂੰ ਫੜਨ ਨਾਲ ਕੋਈ ਫਾਇਦਾ ਨਹੀਂ ਹੋਣਾ, ਸਗੋਂ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਜਨਰਲ ਡਾਇਰ ਨੂੰ ਵੀ ਫੜਨਾ ਚਾਹੀਦਾ ਹੈ। 2019 ਦੀਆਂ ਲੋਕ ਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੋਣ ਰੱਦ ਨੂੰ ਰੋਕਣ ਲਈ ਗੱਠਜੋੜ ਬਣਾਉਣ ਨੂੰ ਉਤਸੁਕ ਆਮ ਆਦਮੀ ਪਾਰਟੀ ਦੇ ਕਾਂਗਰਸ ਵਿਚਾਲੇ ਗੱਠਜੋੜ ਦੀਆਂ ਸੰਭਾਵਨਾ ਖਤਮ ਹੋ ਗਈਆਂ ਹਨ, ਜਿਸ ਦੇ ਬਾਅਦ ਹੁਣ ਦੋਵੇਂ ਪਾਰਟੀਆਂ ਦਿੱਲੀ, ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ 'ਚ ਆਪਣੇ ਆਪਣੇ ਦਮ ਤੇ ਚੋਣਾਂ ਲੜਨਗੀਆਂ। ਪਿਛਲੇ ਕੁਝ ਸਮੇਂ ਤੋਂ ਸਿਆਸੀ ਗਲਿਆਰੀ 'ਚ ਬਹੁਤ ਚਰਚਾ ਸੀ ਕਿ ਆਪ ਤੇ ਕਾਂਗਰਸ ਦਾ ਵੋਟ ਬੈਂਕ ਲਗਭਗ ਇੱਕ ਹੈ। ਅਜਿਹੇ 'ਚ PM ਮੋਦੀ ਅਤੇ ਭਾਜਪਾ ਨੂੰ ਹਰਾਉਣ ਲਈ ਦੋਵੇਂ ਪਾਰਟੀਆਂ ਚੋਣ ਗੱਠਜੋੜ ਕਰਨ ਜਾ ਰਹੀਆਂ ਹਨ। ਜੇਕਰ ਅਜਿਹਾ ਨਹੀਂ ਹੋਇਆ ਤਾਂ ਜ਼ੋਰਦਾਰ ਸੰਭਾਵਨਾ ਹਨ ਕਿ ਦੋਵੇਂ ਪਾਰਟੀਆਂ 'ਚ ਵੋਟ ਬੈਂਕ ਦੇ ਵੰਡੇ ਜਾਣ ਨਾਲ ਜਿੱਥੇ ਦੋਵਾਂ ਨੂੰ ਨੁਕਸਾਨ ਹੋਵੇਗਾ ਉੱਥੇ ਭਾਜਪਾ ਚੋਣਾਂ 'ਚ ਫਿਰ ਤੋਂ ਬਾਜੀ ਮਾਰ ਨਾ ਜਾਵੇ। ਇਹਨਾਂ ਸਮੀਕਰਨਾਂ ਦੇ ਮੱਦੇਨਜ਼ਰ ਆਪ ਕਾਰਨੀਵਰ ਅਰਵਿੰਦ ਕੇਜਰੀਵਾਲ ਤੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੋਵੇਂ ਪਾਰਟੀਆਂ ਦੇ ਵਿਚਕਾਰ ਗੱਠਜੋੜ ਕਰਨ ਲਈ ਕਾਲੇ ਦਿਖਾਈ ਦੇ ਰਹੇ ਨੇ। CBI ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਕੋਲਕਾਤਾ 'ਚ ਚੱਲ ਰਹੇ ਸਿਆਸੀ ਡਰਾਮੇ ਤੇ ਤੁਰੰਤ ਸੁਣਵਾਈ ਤੋਂ ਮਨਾ ਕਰ ਦਿੱਤਾ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜੇਕਰ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਦੇ ਖਿਲਾਫ ਪੂਰੇ ਸਬੂਤ ਹਨ ਤਾਂ ਉਹ ਕਾਰਵਾਈ ਕਰਨ ਲਈ ਤਿਆਰ ਹਨ। ਕੋਰਟ ਨੇ CBI ਨੂੰ ਕਿਹਾ ਕਿ ਉਹ ਪਹਿਲਾਂ ਸਬੂਤ ਪੇਸ਼ ਕਰੇ, ਜੇਕਰ ਕਮਿਸ਼ਨਰ ਦੇ ਖਿਲਾਫ ਸਬੂਤ ਹਨ ਤਾਂ ਉਹ ਦੋਸ਼ੀ ਹਨ ਅਤੇ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇਗੀ। ਸੁਪਰੀਮ ਕੋਰਟ 'ਚ ਹੁਣ ਇਸ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਕੀਤੀ ਜਾਵੇਗੀ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਸਾਰੇ ਪੱਖ ਆਪਣੇ ਸਬੂਤ ਪੇਸ਼ ਕਰਨਗੇ। ਚੀਫ ਜਸਟਿਸ ਰੰਜਨ ਗੋਗੀ ਨੇ ਕਿਹਾ ਕਿ ਜੇਕਰ ਕੋਲਕਾਤਾ ਪੁਲਿਸ ਕਮਿਸ਼ਨਰ ਕਿਸੇ ਤਰ੍ਹਾਂ ਦੇ ਸਬੂਤ ਮਿਟਾਉਣ ਦੀ ਸੋਚਦੇ ਹਨ ਤਾਂ ਉਹ ਪਛਤਾਵਾ ਹੋਵੇਗਾ। ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਭਿਆਨਕ ਸਵਾਈਨ ਫਲੂ ਬਿਮਾਰੀ ਨਾਲ ਨਜਿੱਠਣ ਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਬਿੱਤ ਹੋ ਰਹੀ ਹੈ। ਹੁਣ ਤੱਕ ਸਵਾਈਨ ਫਲੂ ਦੇ 21 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 9 ਦੀ ਪੁਸ਼ਟੀ ਸਿਹਤ ਅਧਿਕਾਰੀਆਂ ਨੇ ਕੀਤੀ ਹੈ। ਸਵਾਈਨ ਫਲੂ ਕਾਰਨ 6 ਮੌਤਾਂ ਹੋ ਚੁੱਕੀਆਂ ਨੇ। ਇਹਨਾਂ 'ਚੋਂ 3 ਮੌਤਾਂ ਦੀ ਪੁਸ਼ਟੀ ਸਿਹਤ ਵਿਭਾਗ ਨੇ ਕੀਤੀ ਹੈ। ਸਰਦਾਰ ਛੀਨਾ ਨੇ ਪੰਜਾਬ ਸਰਕਾਰ ਤੇ ਤਿੱਖਾ ਪ੍ਰਤੀਕਰਮ ਕਰਾਉਂਦਿਆਂ ਕਿਹਾ ਕਿ ਸਰਕਾਰ ਦੀ ਸਵਾਈਨ ਫਲੂ ਨਾਲ ਨਜਿੱਠਣ ਦੀ ਤਿਆਰੀ ਅਧੂਰੀ ਹੈ। ਅਜਿਹੀ ਸਰਕਾਰ ਤੋਂ ਕੀ ਭਰੋਸਾ ਕੀਤਾ ਜਾ ਸਕਦਾ ਹੈ ਜਿਹੜੀ ਆਪਣੇ ਨਾਗਰਿਕਾਂ ਨੂੰ ਹੀ ਸਿਹਤ ਸਹੂਲਤਾਂ ਪ੍ਰਦਾਨ ਨਹੀਂ ਕਰ ਸਕਦੀ। ਕੇਂਦਰ ਸਰਕਾਰ ਅਤੇ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਵਿਚਾਲੇ ਖਿੱਚੋਤਾਣ ਵਿਚਾਲੇ CBI ਦੇ ਨਵੇਂ ਡਾਇਰੈਕਟਰ ਰਿਸ਼ੀ ਕੁਮਾਰ ਸ਼ੁਕਲਾ ਨੇ ਸੋਮਵਾਰ ਨੂੰ ਕਾਰਜਭਾਰ ਸਾਂਭ ਲਿਆ ਹੈ। ਰਿਸ਼ੀ ਕੁਮਾਰ ਸ਼ੁਕਲਾ 1943 ਬੈਚ ਦੇ IPS ਅਫਸਰ ਸਨ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਨੇ ਸ਼ਨੀਵਾਰ ਨੂੰ ਰਿਸ਼ੀ ਕੁਮਾਰ ਨੂੰ ਨਵਾਂ CBI ਚੀਫ ਬਣਾਇਆ ਹੈ। ਸ਼ੁਕਲਾ ਨੇ ਅਜਿਹੇ ਸਮੇਂ ਵਿੱਚ ਕਾਰਜਭਾਰ ਸਾਂਭਿਆ ਹੈ ਜਦੋਂ ਏਜੰਸੀ ਅਤੇ ਕੋਲਕਾਤਾ ਪੁਲਿਸ ਵਿਚਾਲੇ ਵਿਵਾਦ ਨੇ ਸਿਆਸੀ ਰੂਪ ਲੈ ਲਿਆ ਹੈ ਅਤੇ ਕੇਂਦਰ ਤੋਂ ਪੱਛਮੀ ਬੰਗਾਲ ਦੀਆਂ ਸਰਕਾਰਾਂ ਇੱਕ ਦੂਜੇ ਦੇ ਸਾਹਮਣੇ ਖੜੀਆਂ ਹਨ।
महाराष्ट्र गुरुद्वारों के सरकारों के कब्जे को लेकर चल रहे विवाद से आप आगू हरपाल चीमा ने वड्डा बयान दिता। चीमा ने कहा कि प्रकाश सिंह बादल ने गुरुद्वारों से RSS का कब्जा करवाया है ते हुण लोकां दी अखां च घाटा पाउण लई अकाली दल इसके खिलाफ बोल रहा है। हरपाल चीमा ने मनजिंदर सिंह सिरसा नूं भी RSS का मैंबर दस्सिया है। इसके नाल ही आप आगू के विरसा विच वलटोहा ते डॉक्टर त्रोहाणा सिंह का कतल करन दे लगे दोषां ते बोलदे होए कहा कि वलटोहा नूं जल्द गिरफ्तार करके जेल विच बंद करना चाहिए है। तुरंत बिरसा सिंह बलटोहा फट के जेल भेजना चाहिए क्योंकि वह दोषी है, एक डॉक्टर की हत्या के दोषी है और लगभग इन्ने साल जोड़ा है उन्होंने फाइलों डिस्ट्रॉय कीतियां, फाइलों बाहर नहीं आते हैं। मैं समझते श्रोमणी अकाली दल ने अपने जो दोषियों को बचाने का यतन किया, जो होर भी भागीदार ने उन्होंने खिलाफ भी चलान पेश होना चाहिए। पाकिस्तान नाल लगदी सरहद के कंडे वसे जम्मू कश्मीर अते पंजाब दे पिंडां च रहण वाले लोग नित दिन खतरियां दा सामना करदे अते मर मर के जिउंदे हन। उन्हां दे जीवन दीआं तंदां हर घड़ी डावांडोल सित ते लटकदीआं नज़र आउंदीआं हन। किसे पल दा कोई भरोसा नहीं अते किसी घड़ी दा कोई विसा नहीं। पछों दी हनेरी कदे वी झुल जांदी अते फिर जीवन तंदां उत्ते मुसीबत बन जांदी है। ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦੇਖਦੇ ਰਹੋ ANV ਨਿਊਜ਼। ਧੰਨਵਾਦ।